Thank you.
गुर पारस हम गुर पारस हम गुर पारस काया गर सुइया
ਅਜਿਸਿਆ ਗੋਚਿ ਪਕੜਿਆ ਗੁਰ ਸ਼ਕਤੀ ਹਉ ਸਤਿਗੁਰ ਤੇ ka
बहुत हम कहे आवेंगे, बहुत हम कहे आवेंगे, बहुत हम कहे आवेंगे, बहुत हम कहे बहुत हम कहे आवेंगे, बहुत हम कहे आवेंगे, बहुत हम कहे आवेंगे, बहुत हम कहे आवेंगे। Oh,
उदक समुद्र सलल की साख्या उदक समुद्र सलल की साख्या नदी समावे
तित हम लाए तित ही लागे जित हम लाए तित ही लागे तैसे कर्म कमावेंगे तैसे कर्म कमावेंगे हर जीत पा करे जो अपनी हर जीत पा करे जो अपनी तो जीवत मरो मरो पुन जीवो जीवत मरो मरो पुन जीवो पुनरप जन्म न होई पुनरप जन्म न होई कहो मरो 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 पुन जीवो पुनरप जन्म न होई पुनरप जन्म न पुनरप जन्म न होई पुनरप जन्म न जन्म न जन्म पुनरप जन्म न होई जन्म न जन्म न जन्म ना होई ना होई पुनरप जन्म ना होई ना होई जीवत मरो मरो पुन जीवो पुनरप जन्म ना
ਸਲਮਾਨ ਦਾਸ ਦੇ ਪਾਸ ਹੋਰ ਹੈ ਪ੍ਰਬੰਧਕਾਂ ਪਾਸੋਂ ਹੁਕਮ ਹੋਇਆ ਹੈ ਕਿ ਇੱਕ ਪਾਵਨ ਸ਼ਬਦ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਸਾਰੀ ਸੰਗਤ ਨੂੰ ਬੇਨਤੀ ਹੈ ਮਨੋਬਿਰਤੀਆਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜੋੜੋ, ਸਾਵਧਾਨ ਹੋ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਪਾਵਨ ਚਰਨਾਂ ਦਾ ਧਿਆਨ ਕਰੋ। ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਕਿਤਨੇ ਕੁ ਗੁਣ ਹਨ ਜਿਨ੍ਹਾਂ ਨੂੰ ਮੈਂ ਇਸ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਕੇਤਕ ਗਾਵਾਂ ਰਾਮ, ਨਾਨਕ ਕਾਗਦ ਲੱਖ ਮਣਾ ਪੜ੍ਹ ਪੜ੍ਹ ਕੀਚੈ ਭਾਉ, ਮੱਸੂ ਤੋੜ ਨਾ ਆਵਈ ਲਿਖੈ ਪਉਣ ਚਲਾਓ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵਲ ਡਾਖਾਂ ਨਾ। ਸਾਰੀ ਸੰਗਤ ਨੂੰ ਬੇਨਤੀ ਹੈ ਇਸ ਪਾਵਨ ਸ਼ਬਦ ਨਾਲ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਵਿੱਚ ਸਾਰੇ ਜੁੜੀਏ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ, ਉਪਰੰਤ ਕੀਰਤਨ ਦੀ ਸਮਾਪਤੀ ਕਰਾਂਗੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ
भटपागी पावा तेरे चरणों तेरे चरण को भटपागी Thank you.
ਸਾਰੀ ਸੰਗਤ ਦਾ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅਸੀਂ ਸਾਰੇ ਹਾਜ਼ਰੀ ਲਗਵਾ ਰਹੇ ਹਾਂ। ਅਤੇ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਸਾਡੇ ਵੱਡੇ ਵੀਰ ਭਾਈ ਪਰਵਿੰਦਰ ਸਿੰਘ ਜੀ ਪਾਟੀਆ ਸਾਹਿਬ, ਜਿਨ੍ਹਾਂ ਦੀ ਸਦਕਾ ਆਪ ਸੰਗਤ 'ਤੇ ਇਸ ਅਸਥਾਨ 'ਤੇ ਪਹਿਲੀ ਵਾਰੀ ਦਰਸ਼ਨ ਕਰਨ ਦਾ ਇਹ ਸਮਾਂ ਬਖਸ਼ਿਸ਼ ਹੋਇਆ ਹੈ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਦਾ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਹਿੰਦੇ ਹੋਰ ਦੀਵਾਨਾਂ ਵਿੱਚ, ਦੋ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਪਾਸੋਂ ਆਪਾਂ ਇਸੇ ਪ੍ਰਕਾਰ ਗੁਰਬਾਣੀ ਕੀਰਤਨ ਸਰਵਣ ਕਰਾਂਗੇ। ਸੋਹਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਉਹ ਸਾਡੇ ਵਿੱਚ ਸੁਸ਼ੋਭਤ ਨੇ। ਹੁਣ ਤੋਂ ਲੈ ਕੇ 45 ਮਿੰਟ ਤੱਕ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਗੁਰਬਾਣੀ ਵਿਚਾਰ ਸਰਵਣ ਕਰਨੇ ਨੇ। ਬਾਹਰ ਕੁਛ ਗੱਡੀਆਂ ਜੋ ਹੈ ਉਹ ਗਲਤ ਪਾਰਕਿੰਗ ਤੇ ਲੱਗੀਆਂ ਹੋਈਆਂ ਨੇ। CG07NA3316, CG07NV9221, CG07MB1937, ਇਹ ਗੱਡੀਆਂ ਗਲਤ ਪਾਰਕਿੰਗ ਤੇ ਲੱਗੀਆਂ ਹੋਈਆਂ ਨੇ। ਜਿਸ ਕਿਸੇ ਦੀ ਵੀ ਹੋਵੇ ਆਪ ਜੀ ਨੇ ਪਾਰਕਿੰਗ ਦੇ ਸਥਾਨ ਤੇ ਜਾ ਕੇ ਲਗਾਉਣੀਆਂ ਨੇ। ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ। ਉਪਰੰਤ ਕੱਲ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਸੰਚਾਰ ਦੇ ਵਿੱਚ ਜੋ ਵੀ ਗੁਰੂ ਕੇ ਪਿਆਰੇ ਨੇ, ਜਿਹਨਾਂ ਨੇ ਹਜੇ ਅੰਮ੍ਰਿਤਪਾਨ ਨਹੀਂ ਕੀਤਾ ਹੈ, ਆਪ ਜੀ ਗੁਰੂ ਵਾਲੇ ਬਣੋ। ਕੱਲ ਪੰਜ ਪਿਆਰੇ ਸਾਹਿਬਾਨ ਸਾਡੇ ਪਾਸ ਪੁੱਜ ਰਹੇ ਨੇ, ਉਹਨਾਂ ਪਾਸੋਂ ਆਪ ਜੀ ਨੇ ਅੰਮ੍ਰਿਤਪਾਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਬਾਹਰ ਮੇਰੇ ਵੀਰ ਬੈਠੇ ਹੋਏ ਨੇ, ਉਹਨਾਂ ਪਾਸ ਆਪ ਜੀ ਨੇ ਆਪਣਾ ਨਾਮ ਲਿਖਾਉਣਾ ਹੈ। ਕੱਲ ਸਵੇਰ ਦੇ ਦੀਵਾਨ ਤੋਂ ਉਪਰੰਤ 2 ਵਜੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਣਾ ਹੈ, ਉਹਦੇ ਵਿੱਚ ਆਪ ਜੀ ਨੇ ਅੰਮ੍ਰਿਤਪਾਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਜੀ। ਸੋ ਹੁਣ ਤੋਂ ਲੈ ਕੇ 45 ਮਿੰਟ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਪਾਸੋਂ ਆਪ ਜੀ ਨੇ ਗੁਰਬਾਣੀ ਵਿਚਾਰ ਸਰਵਣ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ, ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਸ਼ਬਦਾਵਤਾਰ ਬਾਣੀ ਦੇ ਬੋਹਿਤ, ਜੁਗੋ ਜੁਗ ਅਟਲ, ਪਰਮ ਸਨਮਾਨ ਯੋਗ, ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ, ਸਾਹਿਬੇ ਬਰਕਤ, ਸਾਹਿਬੇ ਕਮਾਲ, ਮੁਰਸ਼ਦੇ ਕਾਮਲ, ਕਾਮਲੇ ਰਹਿਬਰ, ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਹਾਨ ਸਤਿਗੁਰੂ, ਸਰਬੰਸ ਦਾਨੀ ਸਤਿਗੁਰੂ, ਸ਼ਾਹੇ ਸ਼ਹਿਨਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਪੁਰਬ ਮਨਾ ਰਹੀ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਤੁਸੀਂ ਇਤਿਹਾਸ ਸਰਵਣ ਕਰ ਆਏ ਸੀ। ਆਪਾਂ ਨੇ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਤੋਂ ਲੈ ਕੇ ਸ਼ਹੀਦੀ ਸਾਕਾ ਜੋ ਚਾਂਦਨੀ ਚੌਂਕ ਦੇ ਵਿੱਚ ਵਾਪਰਿਆ ਤੁਸੀਂ ਸੁਣ ਆਏ ਹੋ। ਕੱਲ ਆਵਾਜ਼ ਠੀਕ ਸੀ, ਥੋੜ੍ਹਾ ਠੀਕ ਕਰ ਦਿਓ ਆਵਾਜ਼। ਕੱਲ ਤੱਕ ਤੁਸੀਂ ਸੁਣ ਆਏ ਸੀ
कि किस तरह काजी कोतवाल जल्लाद साहिब गुरु तेग बहादुर साहब जी दे सामने आ जांदे ने ते कहंदे ने ट्रबल घटा दे थोड़ा ठीक बेस बना दे। काजी कहंदा है कि सतगुरु जी मैं खानदानी काजियां मेरे बाप दादे पड़दादे एहो जे फतवे दिंदे आए ने मैं तुहानू छड्डांगा नहीं। कोतवाल कहंदा है मैं भी खानदानी कोतवाल हाँ। जल्लाद कहंदा मैं खानदानी जल्लाद हाँ मेरे बाप दादे पड़दादे भी यही कुछ करदे आए ने असी तुहानू छड्डांगे नहीं नहीं ते अपना धर्म छड्ड दिओ। गुरु तेग बहादुर साहब सतगुरु जी बड़ी वजद च आ के चढ़दी कला च कहंदे ने भाई सज्जनों कमाल दा सबब बनाया मालक वाहिगुरु जी ने तू खानदानी काजी है तू खानदानी जल्लाद है तू खानदानी कोतवाल है पर एक गल याद रखना मैं भी खानदानी शहीद हाँ। मेरे अजदाद से मिला है मुझे विरसा शहादत का मेरी औलाद को जागीर है जामे शहादत की मेरी औलाद को जागीर है जामे शहादत की। मेरे दादा गुरु गुरु अर्जन देव साहब जी तो ये शहीदी देना मैनु विरासत च मिलिया है ये अगे मैं अपनी औलाद नु दे चलिया हाँ। ते गल याद रखना तुहाडे खानदान विच काजी कोतवाल जल्लाद पैदा होने बंद हो जाणगे पर मेरे खानदान च शहीद पैदा होने बंद नहीं होणगे मेरे खानदान च शहीद पैदा होने बंद नहीं होणगे। काजी हैरान हो गया पुछदा अखीरी इच्छा साहिब गुरु तेग बहादुर साहब जी कहंदे ने इशनान करना है। उस तो बाद जपजी साहब